ਦੀ ਰਜ਼ਾ ਕਿਆ ਹੈ ਜਿਹੜੇ ਬੰਦੇ ਸ਼ੀਆ ਵਲੀ ਹੁਣ ਵਲੀਉੱਲਾ ਪੜ੍ਹਦੇ ਹੋ ਸਰ ਚੋ ਬਾਦਸ਼ਾਹ ਜੀ ਮੈਂ ਤੁਹਾਡੀ ਦੁਆ ਦਾ ਸਦਕਾ ਇੱਕ ਜੁਮਲਾ ਪੜ੍ਹਨ ਲੱਗਾ ਇਹਨਾਂ ਇੱਟਾਂ ਵਿੱਚੋਂ ਵੀ ਅਲੀ ਅਲੀ ਦੀ ਆਵਾਜ਼ ਆ ਸੀ ਮਲੰਗਾ ਫਤਿਹ ਸ਼ਾਮ ਦਾ ਮੋਹਰ ਵਾਲਾ ਜ਼ਾਕਰ ਆ ਅੱਲਾ ਇੱਕ ਇੱਕ ਨੂੰ ਆਖਿਆ ਬਤਾ ਤੇਰੀ ਰਜ਼ਾ ਕਿਆ ਹੈ ਬਤਾ ਤੇਰੀ ਰਜ਼ਾ ਕਿਆ ਹੈ ਅਲੀ ਹੁਣ ਵਲੀਉੱਲਾ ਪੜ੍ਹਨ ਵਾਲੀ ਕੌਮ ਅੱਲਾ ਦੀ ਜ਼ਮੀਨ 'ਤੇ ਸਿਰ ਉੱਚਾ ਕਰਕੇ ਟੁਰਦੀ ਇਸ ਤੋਂ ਪਈ ਹੈ ਕਿ ਤੇਰਾ ਰਜਬੁਲ ਮੁਰੱਜਬ ਕਾਬੇ ਦੇ ਨੇੜੇ ਆ ਕੇ ਅਲੀ ਦੀ ਅੰਮਾ ਅੱਲਾ ਨੂੰ ਆਖਿਆ ਬਤਾ ਤੇਰੀ ਰਜ਼ਾ ਕਿਆ ਹੈ ਹੱਥ ਖੜਾ ਕਰ ਗਿਆ ਹੈ ਦਰੀ ਦੁਆ ਸਭ ਨੌਕਰੀ ਕਰੋ ਜਾਂਦਾ ਜਾਂਦਾ ਅਲੀ ਇਮਾਮ ਹਰ ਬੰਦਾ ਬੋਲੇ ਹੈ ਦਰੀ ਜ਼ਰਾ ਨਵਾਜ਼ੀ ਬਹੁਤ ਸ਼ੁਕਰੀਆ ਜੰਨਤ ਬਣਾ ਦਿੱਤੀ ਹੈ ਤੁਸਾਂ ਬਤਾ ਤੇਰੀ ਇਹ ਕੋਈ ਹੋਰ ਆਖ ਸਕਦਾ ਹੈ ਤੇ ਜਿਨ ਬਾਲਾ ਇਲਮ ਚ ਆਇਆ ਹੋਵੇ ਅਮਾਮਾ ਫਿੱਟ ਕਰਕੇ ਤੇ ਅਬਾਕ ਬਾ ਲਾ ਕੇ ਤੇ ਉਹ ਆਖੇ ਬਤਾ ਤੇਰੀ ਰਜ਼ਾ ਕਿਆ ਹੈ ਤੇ ਉਹ ਦੋ ਇਜ਼ਰਾਈਲ ਨੂੰ ਚੱਕ ਲੇ ਮੈਂ ਮੇਰੀ ਤੇ ਰਜ਼ਾ ਹੈ ਤੈਨੂੰ ਦੂਜਾ ਸਾਹ ਵੀ ਨਾ ਆਵੇ ਇਹ ਸਿਰਫ ਇਹ ਹੀ ਆਖ ਸਕਦੇ ਨੇ ਬਤਾ ਤੇਰੀ ਤੇ ਜਿਹੜੀ ਉਹਦੀ ਰਜ਼ਾ ਹੈ ਉਹ ਇਹਨਾਂ ਦੀ ਰਜ਼ਾ ਹੈ ਤੇ ਜਿਹੜੀ ਇਹਨਾਂ ਦੀ ਰਜ਼ਾ ਹੈ ਉਹਦੀ ਰਜ਼ਾ ਸਰਕਾਰ ਫਰਮਾਨ ਕਭੀ ਹਮ ਵੋ ਹੋ ਜਾਤੇ ਹੈ ਕਭੀ ਵੋ ਹਮ ਹੋ ਜਾਤਾ ਹੈ ਸਰਕਾਰ ਤਸ਼ਰੀਫ ਲੈ ਤੇਰਾ ਰਜਬੁਲ ਮੁਰੱਜਬ ਨੂੰ 18,000 ਆਲਮੀਨ ਦੀ ਮਖਲੂਕ ਤੇ ਤਰਸ ਕੀਤਾ ਵਾਲੀ ਵਿਲਾਇਤ ਨੇ ਅੱਲਾ ਦੇ ਨਬੀ ਤਾਹਿਰ ਤੇ ਤਈਬ ਕਦਮ ਚਾਹੁੰਦੇ ਹੋਏ ਕਾਬੇ ਵਿੱਚ ਆਏ ਮਾਂ ਦੀ ਵਜ੍ਹੇ ਇਸਮਤ ਆਗੋਸ਼ ਚੋਂ ਆਪਣੇ ਵੀਰ ਨੂੰ ਹੱਥਾਂ ਤੇ ਬੁਲੰਦ ਕੀਤਾ ਜਿਹੜੇ ਜ਼ਾਕਰੀ ਦੇ ਲਫ਼ਜ਼ ਸਮਝਦੇ ਹੋ ਪੀਰ ਇਕਬਾਲ ਸ਼ਾਹ ਜੀ ਮੈਂ ਇੱਕ ਜੁਮਲਾ ਪੜ੍ਹਨ ਲੱਗਾ ਦੁਆ ਲੈਣ ਵਾਸਤੇ ਮੈਂ ਇੰਝ ਆਖਾਂ ਅੱਲਾ ਦੇ ਨਬੀ ਤੇਰਾ ਰਜਬੁਲ ਮੁਰੱਜਬ ਕਾਬੇ ਚਾਏ ਮਾਂ ਦੀ ਵਜ੍ਹੇ ਇਸਮਤ ਆਗੋਸ਼ ਚੋਂ ਵੀਰ ਨੂੰ ਚਾਇਆ ਜਾਂ ਮੈਂ ਇੰਝ ਆਖਾਂ ਨਬੀਆਂ ਦੇ ਸੁਲਤਾਨ ਨੇ ਨਬੀਆਂ ਦੇ ਕੁਰਾਨ ਨੂੰ ਰਹਿਲੇ ਇਸਮਤ ਤੇ ਬੁਲੰਦ ਫਰਮਾਇਆ ਕਿਆ ਬਾਤ ਹੈ ਤੁਹਾਡੇ ਸੁਣਨ ਦੀ ਕਿਆ ਬਾਤ ਹੈ ਤੁਹਾਡੇ ਮਿਆਰ ਸਮਾਜ ਦੀ ਆਬਾਦ ਰਹੋ ਸਲਾਮਤ ਰਹੋ ਹੈਦਰੀ ਸੀਨੇ ਨਾਲ ਲਾਇਆ ਜਬ ਨਿਸਫ ਨੂਰ ਆ ਕੇ ਮਿਲਾ ਨਿਸਫ ਨੂਰ ਸੇ ਮਾਲਿਕ ਨੇ ਆਪਣੇ ਆਪ ਕੋ ਦੇਖਾ ਗਰੂਰ ਸੇ ਉਹ ਜ਼ਾਕਰ ਨਹੀਂ ਹੁੰਦਾ ਜਿਹਦੀ ਨਜ਼ਰ ਵਿੱਚ ਮਜਮੇ ਦਾ ਇੱਕ ਇੱਕ ਫਰਦ ਨਾ ਹੋਵੇ ਮੈਂ ਵੇਖਣਾ ਪਿਆ ਚੋਖੇ ਬੰਦੇ ਨੀਰਾ ਵਿੱਚ ਮੂੰਹ ਹਲਾਉਂਦੇ ਨੇ ਤੇ ਆਵਾਜ਼ ਕੋਈ ਨਹੀਂ ਆਉਂਦੀ ਸਭ ਬੋਲੋ ਹੁਣ ਕੰਮ ਬਣਿਆ ਜੀ ਸਰਕਾਰ ਨੂੰ ਹੱਥਾਂ ਬਾਦਸ਼ਾਹ ਇਜਾਜ਼ਤ ਜੀ ਬੁਲੰਦ ਫਰਮਾ ਕੇ ਵੀਰ ਅਲੀ ਨੂੰ ਆ ਚੁੰਮ ਕੇ ਹੱਥਾਂ ਤੇ ਪਾਕ ਨਬੀ ਫਰਮਾਏ ਨਬੀ ਤੁਹਾਡੀ ਆਵਾਜ਼ ਵੀਰ ਅਲੀ ਨੂੰ ਆ ਚੁੰਮ ਕੇ ਹੱਥਾਂ ਤੇ ਪਾਕ ਨਬੀ ਫਰਮਾਏ ਪਾਕ ਨਬੀ ਫਰਮਾਏ ਇੱਕ ਮੈਂ ਇਸ਼ਾਰਾ ਕਰਨਾ ਹੈ ਅੰਜ ਦਾ ਜਿਹੜਾ ਮੇਰੇ ਨਾਲ ਦਾ ਹੋਇਆ ਇਹ ਤਾਂ ਛੱਤ 'ਤੇ ਰਵੇਗਾ ਅਤੇ ਜਿਹੜਾ ਮੇਰੇ ਨਾਲ ਦਾ ਨਾ ਹੋਇਆ ਉਹ ਥੱਲੇ ਜਾ ਪਵੇਗਾ
ਵੀਰ ਅਲੀ ਨੂੰ ਚੁੰਮ ਕੇ ਹੱਥਾਂ ਤੇ ਪਾਕ ਨਬੀ ਫਰਮਾਏ ਪਾਕ ਨਬੀ ਫਰਮਾਏ ਕਿਹੜੀ ਗੱਲ ਜੋ ਅੱਲਾਹ ਨੂੰ ਉਹ ਵੇਖਣਾ ਚਾਹੁੰਦੇ ਉਹ ਅੱਜ ਕਾਬੇ ਆਏ ਦੋਵੇਂ ਹੱਥ ਬੁਲੰਦ ਕਰਕੇ ਹੈ ਜੋ ਅੱਲਾਹ ਨੂੰ ਵੇਖਣਾ ਚਾਹੁੰਦੇ ਉਹ ਅੱਜ ਕਾਬੇ ਆਏ ਉਹ ਅੱਜ ਕਾਬੇ ਆਏ ਨਿਹਾਇਤ ਤਵੱਜੋ ਜੀ ਬਾਬਾ ਜੀ ਤੇਰਾ ਰਜਬੁਲ ਮੁਰੱਜਬ ਸਰਕਾਰ ਦੀ ਆਮਦ ਹੋਈ ਕਾਬੇ ਦੇ ਬਾਹਰ ਅੰਬੀਆ ਜਮਾ ਔਲੀਆ ਜਮਾ ਔਸੀਆ ਜਮਾ ਹੁਰਗਿਲਮਾਨ ਜਮਾ ਤਮਾਮ ਮਲਾਇਕ ਜਮਾ ਇਸ ਇਲਾਕੇ ਵਾਲਿਓ ਯਾ ਮੈਂ ਇੰਜ ਆਖਾਂ ਤੇਰਾ ਰਜਬ ਨੂੰ ਕਾਬੇ ਦੇ ਬਾਹਰ ਸਰਕਾਰ ਇਮਰਾਨ ਦੇ ਸਾਰੇ ਕੰਮੀ ਜਮਾ ਬੋਲੋ ਤਾਂ ਸਹੀ ਨਾ ਮਿਹਰਬਾਨੀ ਹਾਂਜੀ ਸਫ ਲੱਗੀ ਸਾਰੇ ਨਵੀਆਂ ਦੀ ਥੋੜ੍ਹੀ ਜਿਹੀ ਬੇਸ ਦਿਆ ਜੇ ਥੋੜ੍ਹੀ ਜਿਹੀ ਬੇਸ ਸਾਰੇ ਨਬੀ ਅੱਗੇ ਹਜ਼ਰਤ ਮੂਸਾ ਅਲੈਹਿਸ ਸਲਾਮ 15 ਕਦਮ ਪਿਛਾ ਬਈ ਬੜਾ ਬਾਰੀਕ ਮਜਮੈ ਬੜੇ ਦਾ ਨਾਂ ਲੋਗੋ ਇਹ ਗੱਲ ਜ਼ਿਹਨ 'ਚ ਰੱਖਣੀ ਹੈ ਬਾਕੀ ਨਬੀ ਅੱਗੇ ਮੂਸਾ ਅਲੈਹਿਸ ਸਲਾਮ ਪਿੱਛੇ ਬਣ ਕੇ ਸਾਇਲ ਆਏ ਨਬੀਆਂ ਕਾਸੇ ਚਾਏ ਬਣ ਕੇ ਸਾਇਲ ਆਏ ਨਬੀਆਂ ਕਾਸੇ ਚਾਏ ਬਣ ਕੇ ਸਾਇਲ ਜਿਓ ਨਬੀਆਂ ਕਾਸੇ ਚਾਏ ਸਰਵਰ ਆਖਣ ਮੂਸਾ ਨਬੀ ਕੂ ਆਓ ਸਰਕਾਰ ਤੁਸਾਂ ਬਣਨਾ ਤੇ ਮੈਂ ਸ਼ੇਰ ਪੜ੍ਹਨਾ ਲਓ ਐਸ ਤੋਂ ਅਸੀਂ ਕਲਪਨੇ ਹਾਂ ਮਜਲਿਸ ਪੜ੍ਹਨ ਤੋਂ ਪਹਿਲੋਂ ਮੈਂ ਕਦਮ ਕਦਮ ਅੱਗੇ ਹੋ ਜਾਉ ਤਾਂ ਕਿ ਜਿਹੜਾ ਪਿੱਛੋਂ ਆਵੇ ਉਹ ਪਿੱਛੇ ਹੀ ਬਹਿ ਜਾਏ ਜੀ ਇਹ ਸਾਡਾ ਰਿਵਾਜ਼ ਹੋ ਗਿਆ ਜਿਸ ਆਖਰ 'ਤੇ ਆਉਣਾ ਹੋਵੇ ਉਹ ਇੱਥੇ ਆ ਕੇ ਬੰਦ ਹੈ ਗੱਲ ਜ਼ਿਹਨ 'ਚ ਬਣ ਕੇ ਸਾਇਲ ਆਏ ਨਬੀਆਂ ਕਾਸੇ ਚਾਏ ਸਰਵਰ ਆਖਣ ਮੂਸਾ ਨਬੀ ਕੂ ਕਿਉਂ ਦੂਰ ਖਲੋਂਦਾ ਅੱਜ ਕੁਝ ਨਹੀਂ ਤੈਨੂੰ ਹੁੰਦਾ ਹੱਥ ਖੜਾ ਕਰਕੇ ਹੈਦਰੀ ਮਿਹਰਬਾਨੀ ਮਿਹਰਬਾਨੀ ਬਾਦਸ਼ਾਹ
ਤੁਹਾਡੀਆਂ ਨਸਲਾਂ ਆਬਾਦ ਰਹਿਣ। ਨੌਕਰੀ ਸਾਰੇ ਕਰੋ, ਹੱਥ ਖੜਾ ਕਰਕੇ ਹੈਦਰੀ ਸਰਵਰ ਆਖਣ ਮੂਸਾ ਨਬੀ ਕੋ ਕਿਉਂ ਦੂਰ ਖਲੋਦਾ ਅੱਜ ਕੁਝ ਨਹੀਂ ਤੈਨੂੰ ਹੋਂਦਾ ਆਖਿਆ ਮੂਸਾ ਤੂਰ ਤੇ ਆਕੇ ਇਸ ਜਲਵੇ ਦਿਖਲਾਏ ਬੜੀ ਮਿਹਰਬਾਨੀ ਬਹੁਤ ਜ਼ਰਾ ਨਵਾਜ਼ੀ। ਇੱਕ ਸਲਵਾਤ ਪੜ੍ਹੋ ਬਾ ਆਵਾਜ਼ ਬੁਲੰਦ ਸਾਹਿਬ ਇੱਕ ਸੀਧਾ ਬਾਦਸ਼ਾਹ ਜੀ ਅਮਰ ਹੈ ਮੀਰ ਅਨੀਸ ਸਰਕਾਰ ਦੇ ਪੋਤਰੇ ਨੇ ਮੀਰ ਅਹਿਮਦ ਨਵੈਦ ਇਸ ਸਾਲ ਲਾਹੌਰ ਅਸੀਂ ਇਕੱਠੇ ਮੋਰਨ ਪੜ੍ਹੇ ਹੈ। ਇੱਕ ਸ਼ੇਰ ਮੈਂ ਉਹਨਾਂ ਦਾ ਤੁਹਾਨੂੰ ਸੁਣਾਉਣ ਲੱਗਾ। ਇਸ ਗੱਲ 'ਤੇ ਗੌਰ ਫਰਮਾਉਣਾ, ਮੰਗਿਆ ਕੀ ਏ ਅਤੇ ਕਿਤਨੀ ਦੇਰ 'ਚ ਮੰਗਿਆ। ਉਹਨਾਂ ਫਰਮਾਇਆ, ਤੇਰੀ ਦੁਨੀਆ ਸੇ ਐ ਖੁਦਾਏ ਹੁਸੈਨ, ਤੇਰੀ ਦੁਨੀਆ ਸੇ ਐ ਖੁਦਾਏ ਹੁਸੈਨ ਕੁਛ ਨਹੀਂ ਚਾਹੀਏ ਸਿਵਾਏ ਹੁਸੈਨ। ਤੁਹਾਡੀਆਂ ਨਸਲਾਂ ਬਾਦ ਰਹਿਣ, ਮੌਲਾ ਤੁਹਾਡੀ ਜ਼ਿੰਦਗੀ ਕਰੇ, ਮੇਂ ਵੀ ਪਾਕ ਤੁਹਾਨੂੰ ਵਸਦਾ ਰੱਖਣ। ਤੇਰੀ ਦੁਨੀਆ ਸੇ ਆਏ ਖੁਦਾਏ ਹੁਸੈਨ ਕੁਛ ਨਹੀਂ ਚਾਹੀਏ ਸਿਵਾਏ ਹੁਸੈਨ। ਭਾਵੇਂ ਕੋਈ ਸ਼ੀਆ ਹੈ, ਭਾਵੇਂ ਕੋਈ ਸੁੰਨੀ, ਭਾਵੇਂ ਕੋਈ ਵਾਬੀ, ਭਾਵੇਂ ਕੋਈ ਅਹਿਲ ਹਦੀਸ, ਜੋ ਪਾਂਚ ਵਕਤ ਮੁਅੱਜ਼ਨ ਅਜ਼ਾਨ ਦੇਤੇ ਹੈ, ਜੋ ਪਾਂਚ ਵਕਤ ਮੁਅੱਜ਼ਨ ਅਜ਼ਾਨ ਦੇਤੇ ਹੈ, ਹੁਸੈਨ ਜੀਤ ਗਏ ਹੈ ਬਿਆਨ ਦੇਤੇ ਹੈ। ਹਾਂ, ਥੋੜ੍ਹੀ ਜਿਹੀ ਇਤਨੀ ਜਲਦੀ ਕਰੀਏ। ਪੀਰ ਇਕਬਾਲ ਸ਼ਾਹ ਜੀ ਤਸ਼ਰੀਫ ਫਰਮਾਏ, ਮੇਰੇ ਮੋਹਸਿਨ, ਮੇਰੇ ਬਜ਼ੁਰਗ ਸੈਯਦ ਸਰਦਾਰ, ਪੰਜਾਬੀ ਜ਼ੁਬਾਨ ਦਾ ਕਸੀਦਾ, ਸਾਦਾ ਸਾਦਾ ਜਿਹੀਆਂ ਗੱਲਾਂ, ਸੋਹਣਾ ਨਾਰਾ ਹੋਵੇ ਨਜਫ ਦੇ ਸ਼ਹਿਨ ਸ਼ਾਹ ਦਾ, ਮੈਂ ਕਸੀਦਾ ਸ਼ੁਰੂ ਕਰਾਂ। ਦੋ ਜਗ ਤੇ ਚੰਨ ਨੇ ਕੀਤੀਆਂ ਇੰਜ ਆਤਾਵਾਂ ਨੇ, ਕੀਤੀਆਂ ਇੰਜ ਆਤਾਵਾਂ ਨੇ, ਦੋ ਜਗ ਤੇ ਸਾਰਾ ਚੰਨ ਨੇ ਕੀਤੀਆਂ ਇੰਜ ਬੜੀ ਮਿਹਰਬਾਨੀ ਬਹੁਤ ਜ਼ਰਾ ਨਵਾਜ਼ੀ। ਸਮਝ ਆ ਰਹੀ ਹੈ ਨਾ ਜੀ? ਜਾਂਦੇ ਬੂਹੇ ਤੇ 125,000 ਨਬੀ ਹੱਥ ਜੋੜ ਕੇ ਆਖੇ, ਤੂੰ ਸਾਡੀ ਲੱਜ ਰੱਖ ਲਈ, ਉਸ ਲੱਜਪਾਲ ਨੂੰ ਹੁਸੈਨ ਆਖਦੇ। ਸੁਭਾਨ ਅੱਲਾਹ, ਸੁਭਾਨ ਅੱਲਾਹ। ਜੁਮਲਾ ਇਸ ਤੋਂ ਵੱਡਾ ਆਖਣ ਲੱਗਾ, ਆਜ਼ਾਦਾਰਾਂ ਵਾਸਤੇ, ਸਰਕਾਰ ਦੇ ਮੁਕਾਣੀਆਂ ਵਾਸਤੇ, ਬਾਦਸ਼ਾਹ ਦੇ ਪਿਆਰੇ ਆਜ਼ਾਦਾਰਾਂ ਵਾਸਤੇ, ਪੀਰ ਇਕਬਾਲ ਸ਼ਾਹ ਜੀ ਦੁਆ ਲੈਣ ਵਾਸਤੇ। ਜਨ ਹਰ ਕੋਈ ਪੜ੍ਹੇ, ਜਨ ਹਰ ਕੋਈ ਪੜ੍ਹੇ, ਜਨ ਹਰ ਕੋਈ ਪੜ੍ਹੇ ਉਹਨੂੰ ਕੁਰਾਨ ਆਦਿਨ, ਮੈਨੂੰ ਸਰਕਾਰ ਦੇ ਅਲਮ ਦੀ